ਖਬਰ ਸੰਗਰੂਰ ਦੇ ਧੂਰੀ ਤੋਂ ਹੈ, ਜਿੱਥੇ ਦੇ ਬੱਲਮਗੜ੍ਹ ਪਿੰਡ ਦੇ ਨੌਜਵਾਨ ਰਾਜਵੀਰ ਸਿੰਘ ਦੀ USA ਦੇ ਯੂਬਾ ਸਿਟੀ ਵਿੱਚ ਮੌਤ ਹੋ ਗਈ। ਰਾਜਵੀਰ 6 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਜੋ ਕਿ 28 ਸਾਲ ਦਾ ਸੀ 6 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਬੇਟੇ ਦੇ ਦੋਸਤ ਨੇ ਉਹਨਾਂ ਨੂੰ ਫੋਨ 'ਤੇ ਦਿੱਤੀ, ਜਿਸ ਤੋਂ ਬਾਅਦ ਉਹਨਾਂ ਨੇ BJP ਆਗੂਆਂ ਨਾਲ ਸੰਪਰਕ ਕੀਤਾ ਅਤੇ BJP ਆਗੂਆਂ ਦੇ ਯਤਨ ਸਦਕਾ ਤਕਰੀਬਨ 1 ਮਹੀਨਾ ਬਾਅਦ ਰਾਜਵੀਰ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਲਿਆਂਦਾ ਗਿਆ ਹੈ। BJP ਆਗੂਆਂ ਨੇ ਕਿਹਾ ਕਿ ਇਹ ਸਰਕਾਰਾਂ ਦੀ ਬੇਹੱਦ ਹੀ ਨਲਾਇਕੀ ਹੈ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਰੋਜ਼ਗਾਰ ਨਹੀਂ ਮਿਲਦਾ, ਜਿਸ ਦੇ ਚੱਲਦੇ ਨੌਜਵਾਨ ਵਿਦੇਸ਼ ਜਾ ਰਹੇ ਹਨ, ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਕਿ ਨੌਜਵਾਨ ਪੀੜ੍ਹੀ ਵਿਦੇਸ਼ ਦਾ ਰੁੱਖ ਨਾ ਕਰੇ। ਰਾਜਵੀਰ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸ਼ੋਕ ਦਾ ਮਾਹੌਲ ਹੈ। ਰਾਜਵੀਰ ਦੇ ਪਿਤਾ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਉਮੀਦ ਨੂੰ ਲੈ ਕੇ ਉਹਨਾਂ ਦਾ ਬੇਟਾ ਅਮਰੀਕਾ ਗਿਆ ਸੀ। ਉਹਨਾਂ ਦਾ ਵੱਡਾ ਬੇਟਾ ਵੀ ਅਮਰੀਕਾ ਵਿੱਚ ਹੈ, ਪਰ ਜਿਸ ਸਮੇਂ ਰਾਜਵੀਰ ਦੀ ਮੌਤ ਹੋਈ ਉਹਨਾਂ ਦਾ ਬੇਟਾ ਭਾਰਤ ਆਇਆ ਹੋਇਆ ਸੀ। 2018 'ਚ ਗਿਆ ਸੀ ਜੀ, ਅਤੇ 28 ਸਾਲ ਦੀ ਉਮਰ ਹੈ ਜੀ। ਘਟਨਾ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਅਤੇ ਕਦੋਂ ਹੋਈ ਘਟਨਾ? ਘਟਨਾ ਦਾ ਜੀ, ਬੇਟਾ ਵੱਡਾ ਉਰੇ ਆਇਆ ਹੈ ਸੀ, ਉਹਨੂੰ ਫੋਨ ਆਇਆ ਜੀ, ਜਿਹੜਾ ਨਾਲ ਮੁੰਡਾ ਰਹਿੰਦਾ ਸੀ ਜੀ, ਉਹਨੇ ਕਰਿਆ ਜੀ ਵੀ ਐਸਲੋਟ ਕਰਕੇ ਰਾਜਦੀਪ ਦੀ ਡੈਥ ਹੋ ਗਈ, ਉਹ ਉਹਦੀ ਵੱਗ ਗਿਆ ਜੀ ਫਟਾਫਟ। ਉਹ ਜੀ ਉਹ ਤਾਂ ਉਹ ਬੇਟੇ ਦੇ ਦੱਸਣ ਦੀ ਦੂਜੇ ਦੇ ਦੱਸਣ ਦੀ ਉਹ ਹੈ, ਕਹਿੰਦਾ ਵੀ ਤਾਂ ਬਾਥਰੂਮ 'ਚ ਡਿੱਗਿਆ ਪਿਆ ਸੀ ਜੀ, ਵੀ ਉਦੋਂ ਪਹਿਲਾਂ ਮੈਂ ਮੇਰੇ ਨਾਲ ਗੱਲਾਂ ਕਰਦਾ ਸੀ, ਵੀ ਅਸੀਂ 2 ਘੰਟੇ ਬੈਠੇ ਰਹੇ ਹਾਂ ਗੱਲਾਂ ਕਰਦੇ ਤੇ ਥੱਲੇ, ਉਹਨੂੰ ਕਹਿੰਦਾ ਵੀ ਰੋਟੀ ਚੱਕ ਲਿਆ, ਉਹ ਰੋਟੀ ਲੈਣ ਵੱਗ ਗਿਆ, ਉਹ ਰੋਟੀ ਲੈ ਕੇ ਆ ਕੇ ਧਰਤੀ ਉਹਨੇ, ਕਹਿੰਦਾ ਵੀ ਬਿੱਲੇ ਤੂੰ ਰੋਟੀ ਖਾ ਲੈ, ਕਹਿੰਦਾ ਮੈਂ ਕੁਛ ਟਰੱਕ ਦਾ ਕਰਾ ਕੇ ਆਉਣਾ, ਉਹ ਕਰਾਉਣ ਵੱਗ ਗਿਆ, ਇਹਨੂੰ ਕਹਿਤਾ ਵੀ ਤੂੰ ਰੋਟੀ ਖਾ ਲੈ ਵੀ ਮੈਂ ਆ ਕੇ ਖਾਂਦਾ। ਰੋਟੀ ਉਵੇਂ ਜਿਵੇਂ ਪਈ ਸੀ ਜੀ, ਉਹਨੇ ਆ ਦੱਸਿਆ, ਕਹਿੰਦਾ ਜੀ ਮੈਂ ਜਦੋਂ ਆ ਕੇ ਦੇਖਿਆ ਉੱਪਰ ਚੜ੍ਹ ਗਿਆ ਉਹ ਤਾਂ ਵਾਲੀ ਮੰਜ਼ਿਲ 'ਤੇ, ਉਹ ਬਾਥਰੂਮ 'ਚ ਡਿੱਗਿਆ ਹੋਇਆ ਸੀ। ਉਹਨੇ ਦੂਜੇ ਮੁੰਡੇ ਨੂੰ ਫੋਨ ਕਰਿਆ, ਕਹਿੰਦਾ ਵੀ ਐਸ ਲੋਡ ਕਰਕੇ ਹੋ ਗਿਆ ਬਿੱਲੇ ਨਾਲ, ਵੀ ਉਹ ਕਹਿੰਦਾ ਵੀ ਛੇਤੀ ਐਂਬੂਲੈਂਸ ਨੂੰ ਫੋਨ ਕਰ ਦੇ। ਉਹਨੇ ਐਂਬੂਲੈਂਸ ਨੂੰ ਫੋਨ ਕਰਤਾ ਜੀ, ਐਂਬੂਲੈਂਸ ਆ ਗਈ ਉਹਦੀ 5 ਮਿੰਟਾਂ 'ਚ ਜੀ, ਉਹਨਾਂ ਨੇ ਆ ਕੇ ਚੱਕ ਚੁੱਕ ਕਰਿਆ। ਬਾਕੀ ਉਹ ਕਹਿੰਦੇ ਵੀ ਇਹ ਤਾਂ ਕੁਛ ਨਹੀਂ ਹੈਗਾ, ਇਹ ਤਾਂ ਹੁਣ ਡੈਡ ਹੋ ਗਿਆ। ਸਾਨੂੰ ਜੀ ਬੇਟੇ ਨੂੰ ਕਾਲ ਆਈ ਸੀ, ਸਾਨੂੰ ਨਹੀਂ ਆਈ, ਬੇਟੇ ਨੂੰ ਆਈ। ਵੱਡੀ ਤਰੀਕ ਦੀ ਗੱਲ ਸੀ, ਇਹ 21 ਤਰੀਕ ਦੀ ਗੱਲ ਆ ਜੀ। ਕਿਹੜੇ ਮਹੀਨੇ ਦੀ 21 ਤਰੀਕ? ਜੁਲਾਈ ਦਾ ਮਹੀਨਾ ਜੀ। ਹਾਂਜੀ, ਯਾਨੀ ਅੱਜ ਮਹੀਨਾ ਹੋ ਗਿਆ। ਹਾਂਜੀ ਮਹੀਨਾ। ਹਾਂਜੀ ਅੱਜ ਕਿੰਨੀ ਹੈ ਜੀ? ਅੱਜ ਮਹੀਨੇ ਤੋਂ ਉੱਪਰ ਹੋ ਗਿਆ ਜੀ। ਡੈਡ ਬੋਡੀ ਮੰਗਵਾਉਣ ਵਾਸਤੇ ਡੈਡ ਬੋਡੀ ਇਹਨਾਂ ਨੇ ਫਿਰ ਅਸੀਂ ਫਿਰ ਇਹਨਾਂ ਤੱਕ ਪਹੁੰਚ ਕਰੀ ਹੈ ਜੀ, ਢਿੱਲੋਂ ਸਾਹਿਬ ਤੱਕ। ਕਿੰਨੇ ਚਿਰ 'ਚ, ਕਦੋਂ ਦੀ ਤੁਸੀਂ ਇਹਨਾਂ ਤੱਕ ਪਹੁੰਚ ਕੀਤੀ? ਅਸੀਂ ਜੀ 21 ਤੋਂ ਕਹਿੰਦੀ 22 ਨੂੰ ਵੱਗ ਗਏ ਤੇ ਜੀ, ਨਾ ਲਓ 22 ਤਰੀਕ ਨੂੰ ਸਾਨੂੰ ਪਤਾ ਲੱਗ ਗਿਆ ਤੇ ਵੀ ਐਸ ਲੋਡ ਕਰਕੇ ਮੰਗਾਉਂਦੇ ਨੇ।
ਕਰਦੇ ਨੇ ਜੀ। ਜੇ ਤੁਸੀਂ ਬੋਡੀ ਲੈ ਕੇ ਆਉਣੀ ਸੀ ਤੁਹਾਨੂੰ ਕੀ ਕਰਨਾ ਪੈਣਾ ਸੀ? ਉੱਤੋਂ ਤੁਹਾਨੂੰ ਕੋਈ ਆਇਆ ਹੋਊ ਮੈਸੇਜ ਕਿ ਪੈਸੇ ਭਰਨੇ ਪੈਣੇ ਸੀ, ਹੁਣ ਕਿਵੇਂ ਆਈ ਹੈ ਬੋਡੀ? ਹਾਂਜੀ ਹਾਂ, ਉਹ ਤਾਂ ਹੁਣ ਪੈਸੇ ਭਰਨੇ ਹੀ ਪੈਂਦੇ ਨੇ ਜੀ, ਉਹ ਪੈਸੇ ਭਰੇ ਨੇ ਜੀ। ਅੱਜ ਇੱਕ ਮਹੀਨਾ 3 ਦਿਨ ਹੋ ਗਏ, ਅੱਜ ਤੱਕ ਮਹੀਨਾ, ਹਾਂ ਜੀ 3 ਦਿਨ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਪਰਿਵਾਰ 'ਚ ਇੱਕ ਬੇਟਾ ਜੀ, ਉਹਦੇ ਬਾਕੀ ਨੂੰਹ ਆ ਜੀ ਸਾਡੀ, ਅਤੇ ਮੇਰੇ ਘਰ ਵਾਲੀ ਹੈ, ਅਤੇ ਬਾਪੂ ਜੀ ਹੈ, ਬਾਕੀ ਮੇਰੇ ਭਰਾ ਨੇ ਦੋ, ਉਹਦਾ ਬੇਟਾ ਇੱਕ, ਇੱਕ ਇੱਕ ਬੇਟਾ ਉਹਨਾਂ ਦੇ। ਇਹ ਬੱਚੇ ਦੀ ਮੈਰਿਜ ਹੋਈ ਸੀ? ਨਹੀਂ ਜੀ, ਇਹਦੀ ਮੈਰਿਜ ਨਹੀਂ ਹੋਈ। ਕਦੋਂ ਆਉਣਾ ਸੀ? ਇਹ ਹੁਣ ਕਹਿੰਦਾ ਸੀ ਆਉਣ ਨੂੰ, ਪਹਿਲਾਂ ਦੂਜੇ ਦਾ ਵੱਡੇ ਦਾ ਵਿਆਹ ਕਰਿਆ ਜੀ, ਉਦੋਂ ਨਹੀਂ ਆਇਆ ਗਿਆ, ਇਹ ਤੋਂ ਉਹਦਾ 1 ਸਾਲ ਹੋ ਗਿਆ ਜੀ ਵਿਆਹ ਹੋਏ ਨੂੰ, ਉਦੋਂ ਵੀ ਇਹ ਤੋਂ ਆਇਆ ਨਹੀਂ ਗਿਆ, ਉਦੋਂ ਪਾਸਪੋਰਟ ਨਾ ਬਣਿਆ ਜੀ। ਤੁਹਾਡੀ ਆਖਰੀ ਵਾਰ ਕਦੋਂ ਗੱਲ ਹੋਈ ਹੈ? ਮੇਰਾ ਨਾਂ ਜੀ 19 ਤਰੀਕ ਨੂੰ ਹੋਈ ਹੈ ਜੀ। ਕੋਈ ਲੱਗਦਾ ਜੀ ਉਸ ਤਰ੍ਹਾਂ ਦਾ ਵੀ ਕੋਈ? ਨਹੀਂ ਜੀ, ਜਮੀ ਨਹੀਂ, ਕੋਈ ਗੱਲ ਵੀ ਨਹੀਂ, ਮੇਰੇ ਨਾਲ 1.5 ਘੰਟਾ ਗੱਲ ਕਰੀ ਹੈ ਜੀ, 1.5 ਘੰਟਾ ਲਾਤਾ ਜੀ, ਕੋਈ ਗੱਲ ਨਹੀਂ ਤੀ ਇਹੀ ਜੀ। ਜਮੀ ਗੁਰਤੇਜ ਸਿੰਘ ਢਿੱਲੋਂ ਹੈ, ਮੈਂ ਸੂਬਾ ਕਾਰਜਕਾਰੀ ਮੈਂਬਰ ਹੈ BJP ਪੰਜਾਬ ਦਾ, ਅਤੇ ਮੇਰਾ ਪਟਿਆਲੇ ਆਹ ਮੰਡੌਰ ਪਿੰਡ ਦੇ ਮੰਤਰੀ ਜੀ ਨੇ, ਇਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ, ਕਿਉਂਕਿ ਇਹਨਾਂ ਦਾ ਰਿਸ਼ਤੇਦਾਰ ਸੀਗੇ ਆਹ ਉੱਥੇ ਰਾਜਦੀਪ, ਜਿਹੜੇ ਅਮੈਰੀਕਾ ਪੂਰੇ ਹੋਏ ਨੇ, ਇਹਨਾਂ ਨੇ 22 ਤਰੀਕ ਨੂੰ ਮੈਨੂੰ ਸੰਪਰਕ ਕੀਤਾ ਪਟਿਆਲੇ ਆ ਕੇ ਕਿ ਅਸੀਂ ਕਰਕੇ ਸਾਡੇ ਰਿਸ਼ਤੇਦਾਰ ਦੀ ਡੈਥ ਹੋ ਗਈ ਉੱਥੇ, ਅਤੇ ਤੁਸੀਂ ਸਾਡੀ ਹੈਲਪ ਕਰੋ, ਕਿਉਂਕਿ ਕੁਝ ਸਮਾਂ ਪਹਿਲਾਂ ਮੈਂ ਸਾਡੇ ਸਮਾਣਾ ਹਲਕੇ ਦਾ ਬੇਟਾ ਸੀਗਾ ਖੇੜੀ ਗੌੜੀਆਂ ਦਾ, ਉਹਦੀ ਬੋਡੀ ਵੀ ਹਲੇ ਪਿਛਲੇ ਮਹੀਨੇ ਮੰਗਾ ਕੇ ਹਟੇ ਹਾਂ, ਜੁਲਾਈ 'ਚ ਹੀ ਮੰਗਾਈ ਸੀ ਉਹਦੀ ਵੀ, ਉਹਦਾ ਵੀ ਉੱਥੇ ਹਾਰਟ ਅਟੈਕ ਨਾਲ ਡੈਥ ਹੋ ਗਈ ਸੀ ਉਹਦੀ। ਅਤੇ ਜਿਹੜਾ ਆਪਣਾ ਰਾਜਦੀਪ ਹੈ, ਇਹਦੀ ਵੀ ਜਿਹੜੀ ਡੈਥ ਹੋਈ ਹੈ, ਕੋਜ਼ ਆਫ ਡੈਥ ਹਾਰਟ ਅਟੈਕ ਸੀਗਾ ਇਹਦਾ, ਕਿਉਂਕਿ ਜਦੋਂ ਇਹਦੀ ਡੈਥ ਹੋਈ ਤਾਂ ਸਾਰਾ ਇਹਨਾਂ ਨੇ ਦੱਸਿਆ, ਮੈਂ ਉੱਥੇ ਆਪਣੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਜੈਸ਼ੰਕਰ ਜੀ ਨਾਲ, ਉਹਨਾਂ ਨੇ ਉੱਥੇ ਅੰਬੈਸੀ 'ਚ ਕਿਹਾ ਕਿ ਐਂ ਕਰਕੇ ਫਲਾਣਾ ਬੱਚਾ ਹੈਗਾ ਯੂਬਾ ਸਿਟੀ 'ਚ, ਅਤੇ ਉਹਦਾ ਸਾਰੀ ਪੈਰਵਾਈ ਕੀਤੀ, ਜਦੋਂ ਉਹਦੇ ਪੋਸਟਮਾਰਟਮ ਹੋਇਆ ਤਾਂ ਉਹਦੇ 'ਚ ਪਤਾ ਲੱਗਿਆ ਕਿ ਕੋਜ਼ ਆਫ ਡੈਥ ਬੱਚੇ ਦੀ ਹਾਰਟ ਅਟੈਕ ਸੀਗੀ, ਹਾਰਟ ਅਟੈਕ ਨਾਲ ਇਹਦੀ ਰਾਜਦੀਪ ਦੀ ਆਪਣੀ ਜਵਾਨ ਬੇਟੀ ਦੀ ਡੈਥ ਹੋਈ ਹੈ। ਅਤੇ ਬਹੁਤ ਮਿਹਨਤੀ ਸੀਗਾ, ਬਹੁਤ ਦੁੱਖ ਦੀ ਗੱਲ ਹੈ, ਜਿੱਥੇ ਪਰਿਵਾਰ ਨੂੰ ਐਡਾ ਘਾਟਾ ਪਿਆ, ਅਤੇ ਮੈਂ ਤਾਂ ਕਹੂੰਗਾ ਇਲਾਕੇ ਨੂੰ ਵੀ ਘਾਟਾ ਪਿਆ ਕਿ ਜਦੋਂ ਇੱਥੋਂ ਪੰਜਾਬ ਦੇ ਬੱਚੇ ਬਾਹਰ ਜਾ ਕੇ ਸੈੱਟ ਹੁੰਦੇ ਨੇ, ਅਤੇ ਪੰਜਾਬ ਦਾ ਵੀ ਨਾਮ ਰੌਸ਼ਨ ਹੁੰਦਾ, ਇਲਾਕੇ ਦਾ ਵੀ ਨਾਮ ਰੌਸ਼ਨ ਹੁੰਦਾ। ਅਤੇ ਮੈਂ ਤਾਂ ਕਹੂੰਗਾ ਜਿੱਥੇ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਪਿਆ, ਨਗਰ ਨਿਵਾਸੀਆਂ ਨੂੰ ਵੀ ਘਾਟਾ ਪਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਘਾਟਾ ਪਿਆ। ਅਤੇ ਅਖੀਰ 'ਚ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, JP ਨੱਡਾ ਜੀ ਦਾ, ਸਾਡੇ ਰਾਸ਼ਟਰੀ ਅਧਿਆਪਕ ਅਤੇ ਜੈਸ਼ੰਕਰ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਕਿ ਉਹਨਾਂ ਦੀ ਬਦੌਲਤ ਹੀ ਆ ਜਿਹੜੇ ਉੱਥੇ ਇਹ ਵਿਦੇਸ਼ਾਂ 'ਚ ਇਹ ਜਿਹੇ ਹਾਦਸੇ ਵਾਪਰ ਜਾਂਦੇ ਨੇ, ਤਾਂ ਜੇ ਸਾਡੀ ਪਾਰਟੀ ਸਰਕਾਰ 'ਚ ਹੈਗੀ ਹੈ, ਮੋਦੀ ਸਾਹਿਬ ਦੀ ਸਰਕਾਰ ਸੈਂਟਰ 'ਚ ਹੈਗੀ ਹੈ, ਪ੍ਰਧਾਨ ਮੰਤਰੀ ਹੈਗੇ ਨੇ, ਅਤੇ ਅਸੀਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਇੱਥੇ ਬੈਠੇ ਹੈ, ਅਤੇ ਸਾਡਾ ਵੀ ਮੁੱਢਲਾ ਫਰਜ਼ ਬਣ ਜਾਂਦਾ ਕਿ ਅਸੀਂ ਐਸੀ ਦੁੱਖ ਦੀ ਘੜੀ ਜਿਹੜੇ ਸਾਡੇ ਪੰਜਾਬੀ ਭਰਾ ਨੇ ਉੱਥੇ ਕਿਸੇ ਪ੍ਰੋਬਲਮ 'ਚ ਫਸਦੇ, ਅਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣ ਜਾਂਦਾ, ਤਾਂ ਉਹ ਅਸੀਂ ਫਰਜ਼ ਨਿਭਾਇਆ ਆਪਣਾ। ਮੇਰਾ ਨਾਮ ਰਣਦੀਪ ਸਿੰਘ ਦਿਓਲ ਹੈ ਜੀ, ਮੈਂ ਹਲਕਾ ਇੰਚਾਰਜ ਹਾਂ ਧੂਰੀ BJP ਦਾ, ਅਤੇ ਸਾਡੇ ਹਲਕੇ ਦੇ ਬੜਾ ਇੱਕ ਨੌਜਵਾਨ ਬੱਚਾ ਸੀ ਜੋ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਮਿਹਨਤ ਕਰ ਰਿਹਾ ਸੀ ਲੰਬੇ ਸਮੇਂ ਤੋਂ, ਕਰੀਬ 6 ਸਾਲ ਹੋ ਗਏ ਸੀ, ਅਤੇ ਬੜੀ ਅਨਹੋਨੀ ਬੀਤੀ ਹੈ, ਅਤੇ ਅਨਮੈਰਿਡ ਬੱਚਾ ਸੀਗਾ, 6 ਸਾਲ ਦਾ ਮਤਲਬ ਘਰ ਵੀ ਨਹੀਂ ਆਇਆ ਸੀਗਾ ਜਿੰਨਾ ਕੁ ਮੈਨੂੰ ਜਾਣਕਾਰੀ ਮਿਲੀ ਹੈ। ਅਤੇ ਮੈਂ ਤਾਂ ਇਹ ਸਮਝਦਾ ਕਿ ਜਿਹੜੇ ਬੱਚੇ ਨੇ ਅਗਰ ਉਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਕੋਈ ਇੰਪਲੋਇਮੈਂਟ ਦਾ ਵਧੀਆ ਸਾਧਨ ਕੀਤਾ ਜਾਵੇਗਾ, ਲੋਕਾਂ ਨੇ ਬੜਾ ਵੱਡੀ ਉਮੀਦ ਕਰਕੇ ਸਰਕਾਰ ਬਣਾਈ ਸੀ,
ਤਾਂ ਇਹੋ ਜਿਹੀ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਬਾਹਰ, ਕਿਉਂਕਿ ਇਕੱਲਾ ਹੀ ਬੱਚਾ ਸੀ, ਉਹਦਾ ਬ੍ਰਦਰ ਵੀ ਇੱਥੇ ਆਇਆ ਹੋਇਆ ਸੀਗਾ, ਕੋਈ ਲਵੇ ਸਾਂਭ ਸੰਭਾਲ ਵਾਲਾ ਵੀ ਨਹੀਂ ਸੀ। ਅਤੇ ਆਪਾਂ ਕਾਰਨ ਤਾਂ ਚਲੋ ਕੌਜ਼ ਜੋ ਵੀ ਹੈ ਉਹਦਾ ਸੱਚਾਈ ਆਪਾਂ ਨੂੰ ਪਰਿਵਾਰ ਨੂੰ ਅਜੇ ਤੱਕ ਉਸ ਗੱਲ ਦਾ ਯਕੀਨ ਨਹੀਂ ਹੈ ਕਿ ਹੋਇਆ ਕੀ ਸਾਡੇ ਬੱਚੇ ਦੇ ਨਾਲ। ਤਾਂ ਇਹ ਜਿਹੀਆਂ ਦੁਖਦਾਈਆਂ ਘਟਨਾ ਦੇ ਨਾਲ ਜਿੱਥੇ ਪਰਿਵਾਰ ਨੂੰ, ਇਲਾਕੇ ਨੂੰ, ਸਾਡੇ ਪੂਰੇ ਹਲਕੇ ਨੂੰ ਹੀ ਅੱਜ ਦੁੱਖ ਦੀ ਲਹਿਰ ਹੈ। ਮੈਂ ਸਮਝਦਾ ਵੀ ਅਸੀਂ ਪਰਿਵਾਰ ਦੇ ਨਾਲ ਹਲਕਾ ਇੰਚਾਰਜ ਹੋਣ ਦੇ ਨਾਤੇ, ਅਤੇ ਮੈਂ ਧੰਨਵਾਦੀ ਵੀ ਹਾਂ ਸਰਦਾਰ ਗੁਰਤੇਜ ਸਿੰਘ ਢਿੱਲੋਂ ਜੀ ਦਾ, ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਪਹਿਲਾਂ ਵੀ ਕਰਦੇ ਰਹੇ ਆ, ਹੁਣ ਵੀ ਕਰ ਰਹੇ ਆ। ਜਿਵੇਂ ਯੂਕਰੇਨ ਦੇ ਵਿੱਚ ਚਾਹੇ ਸਟੂਡੈਂਟ ਲਿਆਉਣ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਰੀਬ ਕਰੀਬ 20,000 ਦੇ ਕਰੀਬ ਸਟੂਡੈਂਟਸ ਉੱਥੋਂ ਯੂਕਰੇਨ ਦੇ ਵਿੱਚੋਂ ਸਹੀ ਸਲਾਮਤ ਵਾਪਸ ਲੈ ਕੇ ਆਏ। ਜਾਂ ਕੋਈ ਇਹੋ ਜਿਹੀ ਅਨਹੋਣੀ ਹੋ ਜਾਂਦੀ ਹੈ, ਉਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਮੇਸ਼ਾ ਜਿਨ੍ਹਾਂ ਦੇ ਨਾਲ ਇਹ ਟ੍ਰੈਜਡੀ ਵਾਪਰੀ ਆ ਉਹਨਾਂ ਦੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ। ਅਤੇ ਇਸੇ ਤਰ੍ਹਾਂ ਹੁਣ ਵੀ ਹੋਇਆ, ਭਗਵਾਨ ਨਾ ਕਰੇ ਕੋਈ ਐਸੀ ਤਰਾਸਦੀ ਕਿਸੇ ਵੀ ਪਰਿਵਾਰ ਦੇ ਵਿੱਚ ਆਵੇ।